आवारा पशुओं की समस्या अब बड़ा व्यापार बन गया है। गेहूं की फसल की रखवाली के लिए मालवा पट्टी के किसानों ने अब राजस्थान से विशेष घोड़े सवारों की मदद ली है। ये घोड़ा सवार दिन रात फसलों में चक्कर लगाता है, जिसके बदले किसान उन्हें गेहूं और नगद पैसे देते हैं, जो प्रति एकड़ 200 से लेकर 500 रुपए तक होते हैं। जिसके चलते मानसा के 125 गांव में घोड़ा सवार आवारा पशुओं से रखवाली कर रहे हैं। ਸਵਾਰ ਲਿਆਂਦਾ ਜੀ ਆਵਾਰਾ ਪਸ਼ੂਆਂ ਦੀ ਬਹੁਤ ਵੱਡੀ ਸਮੱਸਿਆ ਹੈ ਜੋ ਆਵਾਰਾ ਗਾਈਆਂ ਫਿਰਦੀਆਂ ਨੇ ਜੋ ਹੋਰ ਪਸ਼ੂ ਫਿਰਦੇ ਨੇ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਕਰਦੇ ਨੇ ਬੇਸ਼ੱਕ ਸਰਕਾਰਾਂ ਨੇ ਪਾਲਿਸੀਆਂ ਬਣਾਈਆਂ ਨੇ ਗਊ ਟੈਕਸ ਲੱਗਦਾ ਜਾਂ ਹੁਣ ਗਊਸ਼ਾਲਾ ਦੇ ਵਿੱਚ ਛੱਡਣ ਦਾ ਵੀ ਬਣਾਇਆ ਸੀ ਉਹਦਾ ਸਾਨੂੰ ਕੋਈ ਫਾਇਦਾ ਨਹੀਂ ਜੀ ਬਹੁਤ ਜ਼ਿਆਦਾ ਪਸ਼ੂ ਨੇ ਅਸੀਂ ਆਪ ਦੇ ਬੇਸ ਤੇ ਜਿਹੜੇ ਇਹ ਰੱਖੇ ਹੋਏ ਨੇ 10 ਸਾਲਾਂ ਤੋਂ ਘੱਟੋ ਘੱਟ 10-11 ਕਿਲੋ ਕਣਕ ਦਿੰਦੇ ਹਾਂ ਇੱਕ ਸਾਲ ਦੀ ਸਾਡੀ ਸਰਕਾਰ ਤੋਂ ਇਹੀ ਮੰਗ ਹੈ ਜੀ ਜਿਹੜੇ ਆਵਾਰੇ ਪਸ਼ੂ ਹੈ ਇਹਨਾਂ ਦਾ ਜਾਂ ਕੋਈ ਹੱਲ ਕਰਿਆ ਜਾਵੇ ਨਹੀਂ ਕੋਈ ਇਹਨਾਂ ਦੇ ਖਰਚੇ ਪਾਣੀ ਦਾ ਕਰਾਇਆ ਜਾਵੇ ਕਿਉਂਕਿ ਅਸੀਂ ਆਪਦੇ ਬੇਸਤੀ ਇਹ ਕਰਵਾ ਰਹੇ ਹਾਂ ਜੋ ਰਾਖੀ ਕਰਵਾ ਰਹੇ ਨੇ ਸਰਕਾਰ ਵੱਲੋਂ ਸਾਨੂੰ ਕੋਈ ਮਦਦ ਨਹੀਂ ਹੈਗੀ ਇਹ ਗਾਈਆਂ ਦੀ ਰਾਖੀ ਰੱਖਦੇ ਜੀ ਆਵਾਰਾ ਪਸ਼ੂ ਜਿਹੜੇ ਬਾਹਰੋਂ ਆਉਂਦੇ ਆ ਉਹਨਾਂ ਵਾਸਤੇ ਰੱਖੇ ਆ ਇਹਨਾਂ ਨੂੰ 10 ਕਿਲੋ ਕਿੱਲੇ ਦੀ ਕਣਕ ਦੇ ਰਹੇ ਪਿੰਡ ਵਿੱਚ ਸਾਰੇ ਹਾਂਜੀ ਕਿੰਨੀ ਕੁ ਜ਼ਮੀਨ ਦੀ ਰਾਖੀ ਕਰਦੇ ਇਹ ਤੇ ਕਿੰਨੇ ਕੁ ਮਤਲਬ ਸਮੱਸਿਆ ਆਵਾਰਾ ਪਸ਼ੂ ਸਮੱਸਿਆ ਇਹ ਬਹੁਤ ਸੀਗੀ ਹੁਣ ਜਿੱਦੇ ਤੇ ਆਏ ਆ ਬਹੁਤ ਘੱਟ ਆ ਹੁਣ ਕਰਾ ਪਹਿਲਾਂ ਬਹੁਤ ਜ਼ਿਆਦਾ ਸੀਗੀ ਸਾਨੂੰ 1300-1400 ਕਿੱਲਾ ਸਾਡਾ ਪਿੰਡ ਦਾ ਜੀ ਉਹਦੀ ਰਾਖੀ ਕਰਦੇ ਆ ਕੋਈ ਦੂਜੇ ਪਿੰਡਾਂ ਲਈ ਵੀ ਹੈਗੀ ਜੀ 18 ਮਿਲਾ 4000 ਦਾ ਕੋ ਆਹੂ ਇਹਨਾਂ ਕੋਲ ਕਿੰਨੇ ਪਰਿਵਾਰ ਦੇ ਮੈਂਬਰ ਹੈ ਜਿਹੜੇ ਇਹ ਹੈਗੇ ਜੀ ਮਿਲਾ 5-6 ਮੈਂਬਰ ਆ ਸਾਰੇ ਬੁੜੀਆਂ ਸਾਰੇ ਬੰਦੇ ਇਹਨਾਂ ਦੇ ਇੱਥੇ ਹੀ ਹੈ ਇੱਥੇ 1500 ਕਿੱਲਾ ਜੀ ਦੁੱਲੂ ਵਾਲਾ ਪਿੰਡ ਹੈ ਇੱਥੇ ਸਾਰੇ ਨਗਰ ਨੇ ਸਾਨੂੰ ਰੱਖਿਆ ਗਾ ਪੰਚਾਇਤ ਨੇ 10 ਕਿਲੋ ਸਾਲ ਦੀ ਕਣਕ ਕੀਤੀ ਹੈ ਸਾਲ ਭਰ ਕੰਮ ਕਰਨਾ ਜਦੋਂ ਵਾਰਾ ਪਸ਼ੂ ਖੇਤਾਂ 'ਚ ਆ ਗਿਆ ਜ਼ਿਮੀਂਦਾਰ ਨੇ ਫੋਨ ਕਰਕੇ ਸਾਨੂੰ ਬੁਲਾ ਲੈਣਾ ਅਸੀਂ ਉੱਥੇ ਜਾ ਕੇ ਘੋੜਾ ਲੈ ਕੇ ਡਰਦੇ ਪਸ਼ੂ ਭੱਜ ਜਾਣਾ ਉੱਥੋਂ ਜਦੋਂ ਘੋੜਾ ਲੈ ਕੇ ਅਸੀਂ ਜਾਵਾਂਗੇ ਉੱਥੋਂ ਪਸ਼ੂ ਭੱਜ ਜਾਊਗਾ ਬਸ ਇਹੀ ਹੈ ਜੀ ਕਿੰਨੇ ਮੈਂਬਰ ਹੋਣ ਗੁਜ਼ਾਰਾ ਹੋ ਜਾਂਦਾ ਇੱਕ ਮੇਰਾ ਪਿਓ ਹੈ ਦੋ ਮੇਰੇ ਭਾਣਜੇ ਹੈ ਇੱਕ ਮੈਂ ਆਪ ਹਾਂ ਬਾਕੀ ਸਾਡੇ ਨਾਲ ਬੱਚੇ ਹੈਗੇ ਆ ਸਾਰਾ ਪਰਿਵਾਰ ਹੀ ਹੈ ਜੀ ਇਹ ਤਾਂ ਗੁਜ਼ਾਰਾ ਹੋ ਜਾਂਦਾ ਬਸ ਠੀਕ ਹੀ ਹੈ ਜੀ ਟਾਈਮ ਪਾਸ ਜਿਹਾ ਹੋ ਜਾਂਦਾ ਗਾ ਨਗਰ ਦੇ ਸਾਰੇ ਬੈਠੇ ਹੈ ਰੋਲ ਜੀ ਕੀ ਨਾਂ ਕਾਕੇ ਰਾਮ ਦੀਆ ਜੀ ਅੱਛਾ ਤੁਸੀਂ ਘੋੜੇ ਤੇ ਕੀ ਰਖਵਾਲੀ ਕਰਦੇ ਹੋ ਕਿਹੜੇ ਕਿਹੜੇ ਪਿੰਡਾਂ ਦੀ ਫਸਲ ਤੁਰ ਪਾਲੀ ਅਸੀਂ ਗਾਈਆਂ ਦੀ ਰਾਖੀ ਕਰਦੇ ਹਾਂ ਜੀ ਚਾਰ ਪਿੰਡਾਂ ਦੀ ਰਾਖੀ ਆ ਸਾਡੇ ਕੋਲ ਨਾਵਨ ਦੀ ਇੱਕ ਤਾਂ ਇੱਕ ਲਾਲੇ ਵਾਲੀ ਆ ਇੱਕ ਦਸੌਂਦੀਆ ਇੱਕ ਛਾਨੇ ਵਾਲੀ ਆ ਦਿਨ ਰਾਤ ਕੰਮ ਕਰਦੇ ਹੋ ਕੀ ਹਾਂ ਜੀ ਦਿਨ ਰਾਤ ਗਾਈਆਂ ਨੂੰ ਟੱਕਰਨੀਆਂ ਪੈਂਦੀਆਂ ਸਾਨੂੰ ਕੀ ਫਿਰ ਤੁਹਾਨੂੰ ਕਿਸਾਨ ਹੈ ਜਿਹੜੇ ਕੀ ਦਿੰਦੇ ਆ ਵਾਰਾ ਪਸ਼ੂ ਇੱਕ ਕਿੱਲੇ ਮਗਰ 10 ਕਿਲੋ ਕਣਕ ਦਿੰਦੇ ਆ ਜੀ ਕਿੰਨੇ ਮੈਂਬਰ ਲੱਗੇ ਹੋਏ ਪਰਿਵਾਰ ਦੇ ਤੁਸੀਂ ਰਖਵਾਲੀ ਕਰਨ ਅਸੀਂ 4 ਜੀ ਕਿੰਨੇ ਸਾਲਾਂ ਤੋਂ ਇਸ ਏਰੀਏ 'ਚ ਕਰ ਰਹੇ 10 ਸਾਲ ਹੋ ਗਏ ਐਨ ਸਟਾਰ ਨਿਊਜ਼ ਕੇ ਲੀਏ ਮਾਨਸਾ ਸੇ ਭੁਪਿੰਦਰ ਸਿੰਘ ਕੀ ਰਿਪੋਰਟ